ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕਾਫੀ ਦਿਨਾਂ ਤੋਂ ਮੋਦੀ ਸਰਕਾਰ ਵੱਲੋਂ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਹੈ, ਜਿਸ ਦਾ ਭਾਰੀ ਵਿਰੋਧ ਕਰਦੇ ਹਾਂ ਪੰਜਾਬ ਹਰਿਆਣਾ ਦੇ ਕਿਸਾਨਾਂ ਵੱਲੋਂ ਆਪਣੇ ਜ਼ਿਲ੍ਹੇ ਵਿੱਚ ਵੱਖ ਵੱਖ ਜਗ੍ਹਾ ਤੇ ਧਰਨੇ ਲਾਏ ਗਏ ਸਨ। ਇਸ ਬਿੱਲ ਦਾ ਵਿਰੋਧ ਕਰਦੇ ਹਾਂ ਲਗਭਗ ਸਾਰੇ ਗਾਇਕਾਂ ਵੱਲੋਂ ਵੀ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਰਣਜੀਤ ਬਾਵਾ, ਦੀਪ ਸਿੱਧੂ, ਜਸ ਬਾਜਵਾ, ਬੱਬੂ ਮਾਨ, ਪਰਮੇਸ਼ ਵਰਮਾ ਦੇ ਪੰਜਾਬ ਦੇ ਨਾਟ ਗਿਆਰਾਂ ਕਹੇ ਜਾਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਵੀ ਨਾਮ ਆਉਂਦਾ ਹੈ, ਜਿਨ੍ਹਾਂ ਵੱਲੋਂ ਆਉਣ ਵਾਲੀ 25 ਸਪਤੰਬਰ ਨੂੰ ਭਾਰੀ ਇਕੱਠ ਕਰ ਇੱਕ ਵੱਡਾ ਪੰਜਾਬ ਜਾਮ ਕੀਤਾ ਜਾਣਾ ਹੈ। ਤੁਹਾਡੇ ਮੂਹਰੇ ਲੱਗ ਕੇ ਮੈਂ ਤਰੂੰਗਾ, ਠੀਕ ਹੈ, ਅਤੇ ਆਪਾਂ ਜਿੰਨੇ ਵੀ ਕਿਸਾਨ ਭਰਾ ਨੇ, ਜਿੰਨੇ ਵੀ ਸਾਡੇ ਪਿੰਡੋਂ ਹੋਣਗੇ, ਨਾਲ ਦੇ ਪਿੰਡਾਂ ਤੋਂ ਮੇਰੇ ਦੋਸਤ ਮਿੱਤਰ ਹੋਣਗੇ, ਅਸੀਂ ਆਪ ਸੰਘਰਸ਼ 'ਚ ਸ਼ਾਮਿਲ ਹੋ ਰਹੇ ਹਾਂ, ਠੀਕ ਹੈ ਨਾ। ਅਤੇ ਜਿੰਨੇ ਮੈਨੂੰ ਚਾਹੁਣ ਵਾਲੇ ਨੇ, ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿੱਥੇ ਜਿਹੜੇ ਜਿਹੜੇ ਹਜੇ ਤੱਕ ਨਹੀਂ ਆਏ ਅਤੇ ਉਹ ਘਰੋਂ ਨਿਕਲੋ ਅਤੇ ਸਾਡੇ ਨਾਲ ਬੈਠੋ, ਅਤੇ ਆਪਾਂ ਮਾਨਸਾ 'ਚ ਬਹਿ ਕੇ ਰੋਸ ਪ੍ਰਦਰਸ਼ਨ ਕਰਾਂਗੇ ਸਾਰੇ ਜਾਣੇ, ਠੀਕ ਹੈ ਨਾ। ਹੁਣ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜੋ ਕਿਸਾਨਾਂ ਨੂੰ ਗਲਤ ਕਹਿ ਰਹੇ ਹਨ ਅਤੇ ਇਸ ਬਿੱਲ ਵਿੱਚ ਮੋਦੀ ਦੇ ਹੱਕ ਵਿੱਚ ਹਨ। ਉਹਨਾਂ ਵਿੱਚ ਵੱਡਾ ਨਾਮ ਆਉਂਦਾ ਹੈ ਸਨੀ ਦਿਓਲ ਅਤੇ ਕੰਗਣਾ ਰਣੌਤ ਦਾ। ਪਿਛਲੇ ਦਿਨੀ ਰਣਜੀਤ ਬਾਵਾ ਵੱਲੋਂ ਕਿਸਾਨਾਂ ਦਾ ਸਾਥ ਦਿੰਦਿਆਂ ਸਨੀ ਦਿਓਲ ਨੂੰ ਟਵਿੱਟਰ 'ਤੇ ਲਿਖਿਆ ਗਿਆ ਸੀ ਕਿ ਤੁਸੀਂ ਪੰਜਾਬ ਦੇ MP ਹੋ, ਪੰਜਾਬ ਦੇ ਪੱਖ ਦੀ ਗੱਲ ਕਰੋ। ਇਹ ਮਸਲਾ ਇੱਥੇ ਹੀ ਨਹੀਂ ਰੁਕਿਆ, ਇਸ ਤੋਂ ਬਾਅਦ ਕਾਫੀ ਚਰਚਿਤ ਕੰਗਣਾ ਰਣੌਤ ਵੱਲੋਂ ਵੀ ਮੋਦੀ ਸਰਕਾਰ ਦਾ ਪੱਖ ਲੈਂਦਿਆਂ ਇਸ ਬਿੱਲ ਨੂੰ ਕਿਸਾਨਾਂ ਲਈ ਲਾਹੇਵੰਦ ਕਰਾਰ ਦਿੱਤਾ ਤੇ ਨਰਿੰਦਰ ਮੋਦੀ ਨੂੰ ਟਵੀਟ ਕਰਦਿਆਂ ਹਿੰਦੀ ਵਿੱਚ ਲਿਖਿਆ, ਪ੍ਰਧਾਨ ਮੰਤਰੀ ਜੀ, ਕੋਈ ਸੋ ਰਿਹਾ ਹੈ ਉਸੇ ਜਗਾਇਆ ਜਾ ਸਕਤਾ ਹੈ, ਜਿਸੇ ਗਲਤ ਫੈਮਿਲੀ ਹੋ ਉਸੇ ਸਮਝਾਇਆ ਜਾ ਸਕਤਾ ਹੈ, ਮਗਰ ਜੋ ਸੋਨੇ ਕੀ ਐਕਟਿੰਗ ਕਰੇ, ਨਾ ਸਮਝਨੇ ਕੀ ਐਕਟਿੰਗ ਕਰੇ, ਉਸੇ ਆਪਕੋ ਸਮਝਾਨੇ ਸੇ ਕਿਆ ਫਰਕ ਪੜੇਗਾ, ਯੇ ਵਹੀ ਅੰਤ ਕੀ ਹੈ, CAA ਸੇ ਏਕ ਵੀ ਇਨਸਾਨ ਕੀ ਸਿਟੀਜ਼ਨਸ਼ਿਪ ਨਹੀਂ ਗਈ, ਮਗਰ ਇਹਨੇ ਖੂਨ ਕੀ ਨਦੀਆਂ ਵਹਾ ਦੀ। ਉਹਨਾਂ ਦੇ ਇਸ ਟਵੀਟ ਦਾ ਰਿਪਲਾਈ ਕਰਦੇ ਰਣਜੀਤ ਬਾਵਾ ਵੱਲੋਂ ਲਿਖਿਆ ਗਿਆ, ਮੈਡਮ ਆਪ ਕਿਸਾਨੋਂ ਕੇ ਬਾਰੇ ਮੇਂ ਕਹਿ ਰਹੇ ਹੈ, ਜਾਂ ਫਿਰ ਕੌਣ ਹੈ ਜੀ ਆਤੰਕਵਾਦੀ, ਕਹੀਂ ਵੋ ਤੋ ਨਹੀਂ ਜੋ ਆਪਣੇ ਹੱਕ ਮੰਗ ਰਹੇ ਹੈ, ਰੋਡਸ ਪੇ ਆ ਕਰ ਜੈ ਜਵਾਨ ਜੈ ਕਿਸਾਨ। ਉਹਨਾਂ ਦਾ ਇਹ ਟਵੀਟ ਦੇਖਣ ਤੋਂ ਬਾਅਦ ਕੰਗਣਾ ਰਣੌਤ ਵੱਲੋਂ ਫਿਰ ਟਵਿੱਟਰ 'ਤੇ ਲਿਖਿਆ ਗਿਆ, ਜੈਸੇ ਹੀ ਸ਼੍ਰੀ ਕ੍ਰਿਸ਼ਨ ਕੀ ਇੱਕ ਨਰਾਇਣੀ ਸੈਨਾ ਥੀ, ਵੈਸੇ ਹੀ ਪੱਪੂ ਕੀ ਵੀ ਇੱਕ ਚੰਪੂ ਸੈਨਾ ਹੈ, ਜੋ ਕਿ ਸਿਰਫ ਅਫਵਾਹੋਂ ਕੇ ਦਮ 'ਤੇ ਲੜਨਾ ਜਾਣਦੀ ਹੈ, ਇਹ ਹੈ ਮੇਰਾ ਓਰਿਜਨਲ ਟਵੀਟ, ਅਗਰ ਕੋਈ ਇਹ ਸਿੱਧ ਕਰ ਦੇ ਕਿ ਮੈਨੇ ਕਿਸਾਨੋਂ ਕੋ ਅੰਤ ਕੀ ਕਹਾ, ਮੈਂ ਮਾਫ਼ੀ ਮੰਗ ਕਰ ਹਮੇਸ਼ਾ ਕੇ ਲੀਏ ਟਵਿੱਟਰ ਛੋੜ ਦੂੰਗੀ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਵੀ ਕੰਗਣਾ ਵੱਲੋਂ ਫਿਰ ਲਿਖਿਆ ਗਿਆ ਕਿ ਜੋ ਕਿਸਾਨਾਂ ਨੂੰ ਇਸ ਬਿੱਲ ਦਾ ਵਿਰੋਧ ਕਰਨ ਲਈ ਭੜਕਾ ਰਹੇ ਹੋ, ਉਹ ਆਤੰਕਵਾਦੀ ਹਨ, ਅਤੇ ਜੇਕਰ ਅਸੀਂ ਇਸ ਗੱਲ 'ਤੇ ਗੌਰ ਕਰੀਏ ਤਾਂ ਇਸ ਬਿੱਲ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਹੀ ਹੋ ਰਿਹਾ ਹੈ ਅਤੇ ਉਹ ਹੀ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ, ਭਾਵ ਅਖੀਰਕਾਰ ਕੰਗਣਾ ਦੀ ਨਜ਼ਰ ਵਿੱਚ ਤਾਂ ਫਿਰ ਕਿਸਾਨ ਹੀ ਆਤੰਕਵਾਦੀ ਹੋਏ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਕੰਗਣਾ ਰਣੌਤ ਵੱਲੋਂ ਰਣਜੀਤ ਬਾਵਾ ਨੂੰ ਬਲੌਕ ਵੀ ਕਰ ਦਿੱਤਾ ਗਿਆ, ਜਿਸ ਦਾ ਸਕਰੀਨਸ਼ਾਟ ਅਪਲੋਡ ਕਰਦੇ ਹੋਏ ਬਾਵਾ ਨੇ ਲਿਖਿਆ, ਚਲੋ ਠੀਕ ਹੈ, ਇਸ ਦਾ ਮਤਲਬ ਤੁਸੀਂ ਠੀਕ ਹੋ ਫਿਰ, ਅਤੇ ਇਸ ਦੇ ਅਖੀਰ ਵਿੱਚ ਉਹਨਾਂ ਵੱਲੋਂ ਗੁੱਸੇ ਵਾਲੀਆਂ ਮੋਜਿਸ ਵੀ ਲਾਈਆਂ ਗਈਆਂ। ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਜੋ ਇੰਨੇ ਪੰਜਾਬੀ ਗਾਇਕ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ ਅਤੇ ਸਰਕਾਰ ਦੇ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ, ਸਗੋਂ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਸਾਥ ਦੇ ਧਰਨੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਇਹ ਕਿਸਾਨ ਵਿਰੋਧੀ ਬਿੱਲ ਰੱਦ ਹੋ ਸਕੇ। ਇਸ ਬਿੱਲ ਪ੍ਰਤੀ ਸਰਕਾਰ ਦੇ ਵਿਰੋਧ ਵਿੱਚ ਕੀ ਕਰਨਾ ਚਾਹੀਦਾ ਹੈ, ਤੁਸੀਂ ਵੀ ਆਪਣੇ ਕਮੈਂਟ ਕਰ ਆਪਣੇ ਵਿਚਾਰ ਦੇਣਾ, ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਨਾਲ, ਅਤੇ ਜੇਕਰ ਤੁਹਾਡੇ ਕੋਲ ਵੀ ਪੰਜਾਬੀ ਇੰਡਸਟਰੀ ਦਾ ਕੋਈ ਅਜਿਹਾ ਅਪਡੇਟ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ DM ਕਰ ਉਸਦੀ ਜਾਣਕਾਰੀ ਦੇ ਸਕਦੇ ਹੋ। ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਦਾ ਨਾਮ ਇਸ ਵੀਡੀਓ ਵਿੱਚ ਸ਼ੇਅਰ ਕੀਤਾ ਜਾਵੇਗਾ। ਜੇਕਰ ਇਸ ਚੈਨਲ 'ਤੇ ਤੁਸੀਂ ਨਵੇਂ ਹੋ ਤਾਂ ਪੰਜਾਬੀ ਇੰਡਸਟਰੀ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।